दर्शको अज असी तुहानू मिलान जा रहे हैं 80 सालां दे नौजवान नाल। दर्शको तुसी सोच रहे होंगे कि एक पासे तो मैं उम्र कह रही हाँ इंसान की 80 साल है तो दूजे पासे मैं कह रही हाँ कि नौजवान ने। दर्शको बेशक उम्र पक्षों वह बजुर्ग ने पर उन्हां दा दिल ते जनून ते जज्बा जिहड़ा है वह नौजवानों वाला है। मैं 128 ईवेंट्स दे विच पार्टिसिपेट कर चुकिया, फुल मैराथन, हाफ मैराथन, अल्ट्रा मैराथन। 128 विचों मेरे कोल 107 गोल्ड मैडल ने। मॉर्निंग दे विच मैं 3:30 बजे भी उठ के मतलब मैं स्टार्ट कर लैंदा सीगा ते फतेहगढ़ साहब मैं जाना सीगा, वो है मत्था टेकन। मैं यही सोचा भी बजाय इस दे के मैं किसी कार ते जां स्कूटर ते जावां ते मैं इत्थों ज्यों घरों भज्जिया ते 32.5 किलोमीटर मेरे घर तो वो जान सीगा, 32 किलोमीटर ही वापस। 64 किलोमीटर मैं उस दिन करके आया। ਖੇਡਣ ਲਾ ਦਿੱਤਾ, ਕੋਟਲਾ ਛਪਾਕੀ ਕਹਿੰਦੇ ਨੇ, ਪਿੱਛੇ ਛਪਾ ਦੇਣਾ ਤੁਹਾਡੇ। ਉਹ ਕਿਸੇ ਬੱਚੇ ਨੇ ਮੇਰੇ ਪਿੱਛੇ ਰੱਖਤਾ, ਮੈਨੂੰ ਪਤਾ ਨਾ ਲੱਗਿਆ ਅਤੇ ਉਹਨੇ ਜਿਉਂ ਮਤਲਬ ਮੈਂ ਜਦੋਂ ਆਈ ਮੇਰੀ ਵਾਰੀ ਭੱਜਣ ਦੀ ਤਾਂ ਮੈਂ ਤਾਂ ਭੱਜ ਨਹੀਂ ਸੀ ਆਉਂਦਾ ਅਤੇ ਸਾਰੇ ਬੱਚੇ ਮਤਲਬ ਆਖਣ ਉਹ ਓਲਡ ਮੈਨ ਓਲਡ ਮੈਨ ਓਲਡ ਮੈਨ। ਸੋ ਉਸ ਤੋਂ ਬਾਅਦ ਹੁਣ ਮੈਨੂੰ ਉਹ ਜਦੋਂ ਇੰਸੀਡੈਂਟ ਯਾਦ ਆਉਂਦਾ ਤਾਂ ਮੈਂ ਓਲਡ ਮੈਨ ਨੂੰ ਗੋਲਡ ਮੈਨ ਬਣਾਇਆ ਉਸਨੂੰ। ਜਿਵੇਂ ਤੁਸੀਂ ਕਿਤੇ ਆਉਂਦੇ ਜਾਂਦੇ ਹੈਗੇ ਹੋ, ਤੁਸੀਂ ਉਹ ਵੀ ਸਫ਼ਰ ਪੈਦਲ ਹੀ ਤੈਅ ਕਰਦੇ ਹੋ ਜਾਂ ਕਿਸੇ ਵਾਹਨ ਦੀ ਵਰਤੋਂ ਕਰਦੇ ਹੋ? ਮੇਰੇ ਪਾਸ ਕੋਈ ਸਾਈਕਲ, ਸਕੂਟਰ, ਕਾਰ ਨਹੀਂ ਹੈ। ਮੈਂ ਅਕਸਰ ਕਹਿੰਦਾ ਹੁੰਦਾ ਵੀ ਜਾਂ ਤਾਂ ਪੈਦਲ ਤੁਰੋ ਜਾਂ ਜਹਾਜ਼ 'ਤੇ ਚੱਲੋ। ਵਿਚਾਲੇ ਕੀ ਹੈ ਕੀ ਛੋਟ, ਮਤਲਬ ਐਵੇਂ ਤੁਸੀਂ ਸੜਕਾਂ 'ਤੇ ਭੀੜ ਕਰ ਰਹੇ ਹੋ। ਡਿਪੈਂਡੈਂਟ ਹੋ ਕੇ ਨਾ ਰਹੋ, ਇਹ ਨਾ ਸੋਚੋ ਕਿ ਹੁਣ ਮੇਰੇ ਬੱਚੇ ਨੇ ਪੋਤੇ ਨੇ ਮੈਂ ਉਹ ਮੇਰੀ ਸੇਵਾ ਕਰ। ਨੋ, ਜਿੰਨਾ ਚਿਰ ਤੁਹਾਡੀ ਆਪਦੀ ਹਿੰਮਤ ਹੈ ਉਹ ਤਾਂ ਉਹਨੂੰ ਯੂਜ਼ ਕਰੋ, ਨਾ ਕਿ ਡਿਪੈਂਡ ਹੋ ਕੇ ਰਹੋ। ਬਾਕੀ ਮੈਂ ਸਾਰਾ ਕੰਮ ਕਰਦਾ ਆਪ ਕਰਦਾ ਸੀ, ਆਪਦੀ ਰੋਟੀ, ਆਪਦਾ ਖਾਣਾ ਆਪ ਬਣਾਉਣਾ, ਆਪਦੇ ਕੱਪੜੇ ਧੋਣੇ। ਹਾਲੇ ਵੀ ਮੈਂ ਕਦੇ ਵਾਈਫ ਤੋਂ ਕਦੇ ਵੀ ਜਾਂ ਮਸ਼ੀਨ 'ਚ ਮੈਂ ਕਦੇ ਕੱਪੜਾ ਨਹੀਂ ਧੋਤਾ, ਆਪਣੇ ਕੱਪੜੇ ਰੋਜ਼ ਦੇ ਰੋਜ਼ ਮੈਂ ਆਪ ਧੋਣੇ ਨੇ। ਆਪਣਾ ਵੱਧ ਤੋਂ ਵੱਧ ਕੰਮ ਮੈਂ ਪਰਸਨਲ ਜਿਹੜਾ ਹੈ ਸਾਰਾ ਆਪਣੇ ਆਪ ਕਰਨੇ। ਮੈਂ ਡਿਪੈਂਡੈਂਟ ਹੋ ਕੇ ਨਹੀਂ ਰਹਿ ਸਕਦਾ ਕਿਸੇ 'ਤੇ। ਸਵੇਰੇ ਉੱਠਦਾ ਤਾਂ ਪਹਿਲੀ ਚੱਲ ਵੀ ਨੌਜਵਾਨ, ਮਤਲਬ ਮੇਰੀ ਪਹਿਲਾ ਵਰਡ ਆਪਣੇ ਆਪ ਨੂੰ ਜਿਹੜਾ ਹੁੰਦਾ ਉਹ ਕਹਿੰਦਾ ਚੱਲ ਵੀ ਨੌਜਵਾਨ, 4 ਵੱਜ ਗਏ 3 ਵੱਜ ਗਏ ਅਤੇ ਮੈਂ ਚੱਲ ਚੱਲੀਏ। ਸੋ ਮੈਂ ਫਟਾਫਟ ਤਿਆਰ ਹੁੰਦਾ, ਗੁਰੂ ਸਾਹਿਬ ਦਾ ਨਾਂ ਧਿਆਉਣਾ ਅਤੇ ਉਸ ਤੋਂ ਬਾਅਦ ਆਪਣਾ ਚਾਹ ਦਾ ਕੱਪ ਬਣਾਉਣਾ ਅਤੇ ਵਾਕ ਨੂੰ ਨਿਕਲ ਜਾਂਦਾ। ਪੰਜਾਬ ਟੂ ਪ੍ਰਦੇਸ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਦਰਸ਼ਕੋ, ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ 80 ਸਾਲਾਂ ਦੇ ਨੌਜਵਾਨ ਨਾਲ। ਦਰਸ਼ਕੋ, ਤੁਸੀਂ ਸੋਚ ਰਹੇ ਹੋਵੋਗੇ ਕਿ ਇੱਕ ਪਾਸੇ ਤਾਂ ਮੈਂ ਉਮਰ ਕਹਿ ਰਹੀ ਹਾਂ ਇਨਸਾਨ ਦੀ 80 ਸਾਲ ਹੈ ਅਤੇ ਦੂਜੇ ਪਾਸੇ ਮੈਂ ਕਹਿ ਰਹੀ ਹਾਂ ਕਿ ਨੌਜਵਾਨ ਨੇ। ਦਰਸ਼ਕੋ, ਬੇਸ਼ੱਕ ਉਮਰ ਪੱਖੋਂ ਉਹ ਬਜ਼ੁਰਗ ਨੇ ਪਰ ਉਹਨਾਂ ਦਾ ਦਿਲ ਅਤੇ ਜਨੂਨ ਅਤੇ ਜਜ਼ਬਾ ਜਿਹੜਾ ਹੈ ਉਹ ਨੌਜਵਾਨਾਂ ਵਾਲਾ ਹੈ। ਦਰਸ਼ਕੋ, ਮੈਂ ਤੁਹਾਨੂੰ ਦੱਸਦਿਆਂ ਕਿ ਉਹਨਾਂ ਨੇ 80 ਸਾਲਾਂ ਦੀ ਉਮਰ ਦੇ ਵਿੱਚ 100 ਤੋਂ ਵੱਧ ਜਿਹੜਾ ਹੈ ਸੋਨ ਤਗਮਿਆਂ ਨੂੰ ਹਾਸਲ ਕੀਤਾ ਹੈ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਦੀ ਜ਼ਿੰਦਗੀ ਦੇ ਸਫ਼ਰ ਤੋਂ ਤੁਹਾਨੂੰ ਰੂਬਰੂ ਕਰਾਉਂਦੇ ਹਾਂ। ਸਰ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ। ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਬੇਟੀ, ਤੁਸੀਂ ਆਏ ਹੋ ਧੰਨਵਾਦ ਜੀ। ਸਰ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਇਸ ਖੇਡ ਸਫ਼ਰ ਬਾਰੇ ਜਾਣਨਾ ਚਾਹਾਂਗੇ ਕਿ ਤੁਹਾਡੇ ਸਫ਼ਰ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਹੋਈ? ਬੇਟੀ, ਵੈਸੇ ਮੈਂ ਸਕੂਲ ਲਾਈਫ ਦੇ ਵਿੱਚ ਜਾਂ ਕਾਲਜ ਲਾਈਫ ਦੇ ਵਿੱਚ ਮੈਂ ਕਦੇ ਪਾਰਟੀਸਪੇਟ ਨਹੀਂ ਸੀ ਕੀਤਾ। ਉਸ ਤੋਂ ਬਾਅਦ ਨੌਕਰੀ ਸਟਾਰਟ ਕੀਤੀ, 40 ਸਾਲ ਮੈਂ ਨੌਕਰੀ ਕੀਤੀ। ਨੌਕਰੀ 'ਚ ਮੈਂ 2001 'ਚ ਰਿਟਾਇਰ ਹੋਇਆ ਜਦੋਂ, ਤਾਂ ਉਸ ਤੋਂ ਬਾਅਦ ਮੇਰੀ ਬ੍ਰਿਸਕ ਵਾਕ ਸ਼ੁਰੂ ਹੋਈ ਅਤੇ ਬ੍ਰਿਸਕ ਵਾਕ ਹੌਲੀ 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 10-12 ਸਾਲਾਂ ਦੇ ਵਿੱਚ ਰਨ ਦੇ ਵਿੱਚ ਤਬਦੀਲ ਹੋ ਗਈ ਅਤੇ ਮੈਂ 2012 'ਚ ਪਹਿਲੀ ਵਾਰੀ ਮੈਂ ਹਾਫ ਮੈਰਾਥਨ ਦੌੜੀ ਕੈਨੇਡਾ ਦੇ ਵਿੱਚ। ਉਦੋਂ ਇੰਡੀਆ 'ਚ ਖਾਸ ਤੌਰ 'ਤੇ ਚੰਡੀਗੜ੍ਹ 'ਚ ਮੈਰਾਥਨ ਨਹੀਂ ਸੀ ਹੋਇਆ ਕਰਦੀ, ਸੋ ਮੈਨੂੰ ਉੱਥੇ ਮੌਕਾ ਮਿਲਿਆ। ਮੇਰੀ ਸ਼ੁਰੂਆਤ 2012 'ਚ
ਹਾਫ ਮੈਰਾਥਨ ਨਾਲ ਸਟਾਰਟ ਹੋਈ ਸੀ। ਜੀ ਸਰ, ਜਿਵੇਂ ਤੁਸੀਂ ਦੱਸਿਆ ਹੈਗਾ ਕਿ ਤੁਸੀਂ ਲੰਬਾ ਅਰਸਾ ਜਿਹੜੀ ਹੈ ਨੌਕਰੀ ਕੀਤੀ ਹੈ, ਤੁਹਾਡੀ ਨੌਕਰੀ ਜੋ ਸੀ ਉਹ ਇਸੇ ਫੀਲਡ ਦੇ ਨਾਲ ਰਿਲੇਟਡ ਸੀ ਜਾਂ ਕਿਸੇ ਹੋਰ ਖੇਤਰ ਦੇ ਵਿੱਚ ਸੀ? ਨਹੀਂ, ਮੇਰੀ ਨੌਕਰੀ ਪੰਜਾਬ ਸਿਵਲ ਸੈਕਟਰੀਏਟ ਦੀ ਨੌਕਰੀ ਸੀਗੀ। ਪ੍ਰਮੋਸ਼ਨ ਹੁੰਦਿਆਂ ਹੁੰਦਿਆਂ ਮੈਂ ਅਖੀਰਲੀ ਪੋਸਟ ਜਿਹੜੀ ਮੇਰੀ ਸੀ ਉਹ ਸਪੈਸ਼ਲ ਸੈਕਟਰੀ ਟੂ ਮਿਨਿਸਟਰ ਮੇਰੀ ਪੋਸਟ ਸੀ। ਸੀਨੀਅਰ ਕਲਾਸ 1 ਪੋਸਟ ਹੁੰਦੀ ਹੈ, ਡਿਪਟੀ ਕਮਿਸ਼ਨਰ ਡੀ ਸੀ ਦੇ ਬਰਾਬਰ ਦੇ ਲੈਵਲ ਦੀ ਪੋਸਟ ਹੁੰਦੀ ਹੈ, ਜਿਹਦੇ ਵਿੱਚ ਮੈਂ ਬਹੁਤ ਸਾਰੇ ਗਵਰਨਰ ਦੇ ਨਾਲ, ਚੀਫ ਮਿਨਿਸਟਰ ਦੇ ਨਾਲ, ਬਹੁਤ ਸਾਰੇ ਵਜ਼ੀਰਾਂ ਦੇ ਨਾਲ ਔਰ ਬਹੁਤ ਸਾਰੇ 62 ਜਿਹੜੇ ਹੈ ਗਵਰਨਮੈਂਟ ਦੇ ਉਹਨਾਂ ਨਾਲ ਮੈਂ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ। ਸੋ ਮੇਰੀ ਨੌਕਰੀ ਬਹੁਤ ਅੱਛੀ ਰਹੀ, ਮਤਲਬ ਅੱਛੀ ਪ੍ਰਮੋਸ਼ਨਾਂ ਸੀਗੀਆਂ ਅਤੇ ਬੜੀ ਰਿਸਪੈਕਟੇਬਲ ਪੋਸਟ ਸੀਗੀ ਸਾਡੀ ਸੈਕਟਰੀ ਦੇ ਵਿੱਚ। ਸੋ ਮੇਰੀ ਉਦੋਂ ਬਹੁਤ ਅੱਛੀ ਰਹੀ, ਮਤਲਬ ਰਿਹਾ। ਜੀ ਸਰ, ਤੁਹਾਨੂੰ ਗੋਲਡਨ ਸਿੱਖ ਦੇ ਨਾਂ ਨਾਲ ਜਾਣਿਆ ਜਾਂਦਾ ਹੈਗਾ ਆ, ਇਹ ਤਖਲਸ ਤੁਹਾਡੇ ਨਾਂ ਦੇ ਨਾਲ ਕਿਵੇਂ ਜੁੜਿਆ ਜੀ? ਇਹ ਮੈਂ ਜਦੋਂ ਤਕਰੀਬਨ 100 ਗੋਲਡ ਮੈਡਲ, ਮੇਰਾ ਹਰ ਮੇਰੀ ਜਿਹੜੀ ਦੌੜ ਹੁੰਦੀ ਸੀ ਉਹਦੇ ਵਿੱਚ ਮੈਂ ਗੋਲਡ ਮੈਡਲ ਲੈ ਕੇ ਹੀ ਆਉਂਦਾ ਸੀ। ਫਸਟ ਪੁਜੀਸ਼ਨ ਹੋਣੀ ਜਾਂ ਗੋਲਡ ਮੈਡਲ ਮਿਲਣਾ ਜਾਂ ਅਦਰਵਾਈਜ਼ ਕੋਈ ਟਰੋਫੀ ਮਿਲਣੀ ਉਹਦੀ ਫਸਟ ਆਉਣ ਦੀ, ਅਤੇ ਜਿਉਂ ਜਿਉਂ ਮੈਂ ਉਹ ਅਕਵਾਇਰ ਕਰਦਾ ਰਿਹਾ, ਜਦੋਂ ਮੇਰੀ 100 ਗੋਲਡ ਮੈਡਲ ਹੋ ਗਏ ਉਦੋਂ ਅਕਸਰ ਸਭ ਨਹੀਂ ਇਹ ਕਹਿਣਾ ਗੋਲਡਨ ਸਿੱਖ, 100% ਗੋਲਡਨ ਸਿੱਖ, ਗੋਲਡਨ ਬੋਆਏ। ਸੋ ਇਸ ਤਰ੍ਹਾਂ ਗੋਲਡਨ ਸਿੱਖ ਮਤਲਬ ਇਹਨੂੰ ਕਹਿਣਾ ਸ਼ੁਰੂ ਕਰ ਦਿੱਤਾ। ਸਰ, ਤੁਹਾਡੇ ਜ਼ਿਹਨ ਦੇ ਵਿੱਚ ਫੁਰਨਾ ਕਿਵੇਂ ਫੁਰਿਆ ਕਿ ਤੁਹਾਨੂੰ ਜਿਹੜਾ ਹੈਗਾ ਆ ਮੈਰਾਥਨ ਦੇ ਵਾਲੇ ਪਾਸੇ ਜਾਣਾ ਚਾਹੀਦਾ ਹੈਗਾ, ਤੁਹਾਡਾ ਇਸ ਪਾਸੇ ਝੁਕਾਅ ਕਿਵੇਂ ਹੋਇਆ? ਮੇਰਾ ਝੁਕਾਅ ਬਸ ਸਿਰਫ ਹੈਲਥ ਪੱਖੋਂ ਮੇਰਾ ਸੀ। ਜਦੋਂ ਮੈਂ ਰਿਟਾਇਰ ਹੋਇਆ ਸੀ ਤਾਂ ਮੇਰਾ ਵੇਟ 86 kg ਸੀ, ਅਤੇ ਉਸ ਨੂੰ ਕੰਟਰੋਲ ਕਰਨ ਵਾਸਤੇ ਮੈਂ ਬ੍ਰਿਸਕ ਵਾਕ ਸ਼ੁਰੂ ਕੀਤੀ। ਫਿਰ ਜਦੋਂ ਮੈਂ ਕੈਨੇਡਾ ਗਿਆ ਤਾਂ ਸਾਡੇ ਘਰ ਦੇ ਬਿਲਕੁਲ ਬੈਕ ਦੇ ਉੱਤੇ ਇੱਕ ਸਟੇਡੀਅਮ ਬਣਿਆ ਸੀਗਾ, ਟਰੈਕ ਸੀਗਾ ਸਿੰਥੈਟਿਕ, ਉੱਥੇ ਬੜੀ ਰੌਣਕ ਹੁੰਦੀ ਸੀਗੀ, ਲੋਕ ਭੱਜਦੇ ਸੀਗੇ ਮੁੰਡੇ ਖੁੰਡੇ। ਸੋ ਮੈਂ ਵੀ ਉੱਥੇ ਰਨਿੰਗ ਕਰਨੀ ਸ਼ੁਰੂ ਕਰ ਲਈ ਅਤੇ ਬਸ ਉਹ ਮੇਰਾ ਕਨਵਰਟ ਹੋ ਗਿਆ ਇੱਧਰ ਸ਼ੌਕ ਦੇ ਵਿੱਚ। ਜਦੋਂ ਮੇਰਾ ਮਤਲਬ ਪਹਿਲੀ ਹੀ ਮੈਰਾਥਨ ਦੇ ਵਿੱਚ ਮੇਰਾ ਬਹੁਤ ਅੱਛਾ ਟਾਈਮ ਨਿਕਲਿਆ, ਹਾਫ ਮੈਰਾਥਨ ਮੈਂ ਜਿਹੜੀ ਕੀਤੀ ਸੀ ਉਹ 1 ਘੰਟਾ 57 ਮਿੰਟ ਦੇ ਵਿੱਚ ਮੈਂ ਕੰਪਲੀਟ ਕੀਤੀ, ਔਰ ਉਸੇ ਟਰੈਕ 'ਤੇ 2 ਸਾਲਾਂ ਬਾਅਦ ਮੈਂ 1 ਘੰਟਾ 43 ਮਿੰਟ 'ਚ ਕੰਪਲੀਟ ਕੀਤੀ। ਉਹ ਮੇਰਾ ਬੈਸਟ ਟਾਈਮ ਸੀ। ਉਸ ਤੋਂ ਬਾਅਦ ਮੈਂ ਫੁੱਲ ਮੈਰਾਥਨ ਬਹੁਤ ਦੌੜੀਆਂ, ਬਾਕੀ ਅਲਟਰਾ ਮੈਰਾਥਨ ਵੀ ਕੀਤੀਆਂ, 12-12 ਘੰਟੇ ਦੀ ਦੌੜ ਵੀ ਲਾਈ ਹੈ ਮੈਂ। ਜੀ ਸਰ, ਜਿਵੇਂ ਤੁਸੀਂ ਦੱਸਿਆ ਹੈਗਾ ਕਿ ਤੁਸੀਂ 12-12 ਘੰਟਿਆਂ ਤੱਕ ਵੀ ਲਗਾਤਾਰ ਦੌੜੇ ਹੈਗੇ ਹੋ, ਇੰਨਾ ਸਟੈਮਿਨਾ 1 ਦਿਨ ਦੇ ਵਿੱਚ ਤਾਂ ਨਹੀਂ ਬਣਦਾ, ਇਨਸਾਨ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ, ਬਹੁਤ ਸੰਘਰਸ਼ ਹੁੰਦਾ ਹੈ, ਤੁਹਾਡਾ ਪ੍ਰੈਕਟਿਸ ਦਾ ਸਮਾਂ ਕਿੰਨਾ ਕੁ ਹੁੰਦਾ 1 ਦਿਨ ਦੇ ਵਿੱਚ? ਬਹੁਤ, ਮਤਲਬ ਪ੍ਰੈਕਟਿਸ ਤਾਂ ਮੇਰਾ 4-4, 5-5 ਘੰਟੇ ਵੀ ਰਿਹਾ ਹੈ ਜਦੋਂ ਸਾਡੀ ਫੁੱਲ ਮੈਰਾਥਨ ਹੁੰਦੀ ਹੈ। ਜਿਵੇਂ ਬੰਬੇ ਮੈਂ ਹੁਣੇ 15 ਜਨਵਰੀ ਨੂੰ ਮੈਂ ਕਰਕੇ ਆਇਆ ਫੁੱਲ ਮੈਰਾਥਨ, ਤਾਂ ਸਰਦੀਆਂ ਦਿਨ ਸੀ, ਇੱਥੇ ਪੂਰੀ ਤਿਆਰੀ ਕਰਨੀ ਸੀ। ਮੈਂ 4-4, 5-5 ਘੰਟੇ ਮੇਰੀ ਮੋਰਨਿੰਗ ਦੇ ਵਿੱਚ ਮੈਂ 3:30 ਵਜੇ ਵੀ ਉੱਠ ਕੇ ਮਤਲਬ ਮੈਂ ਸਟਾਰਟ ਕਰ ਲੈਂਦਾ ਸੀਗਾ, ਅਤੇ ਫਤਿਹਗੜ੍ਹ ਸਾਹਿਬ ਮੈਂ ਜਾਣਾ ਸੀਗਾ, ਉਹ ਹੈ ਮੱਥਾ ਟੇਕਣ। ਮੈਂ ਇਹੀ ਸੋਚਿਆ ਵੀ ਬਜਾਏ ਇਸ ਦੇ ਕਿ ਮੈਂ ਕਿਸੇ ਕਾਰ 'ਤੇ ਜਾਂ ਸਕੂਟਰ 'ਤੇ ਜਾਵਾਂ, ਅਤੇ ਮੈਂ ਇੱਥੋਂ ਜਿਉਂ ਘਰੋਂ ਭੱਜਿਆ ਅਤੇ 32 ਕਿਲੋਮੀਟਰ ਮੇਰੇ ਘਰ ਤੋਂ ਉਹ ਜਾਣ ਸੀਗਾ, 32 ਕਿਲੋਮੀਟਰ ਹੀ ਵਾਪਸ, 64 ਕਿਲੋਮੀਟਰ ਮੈਂ ਉਸ ਦਿਨ ਕਰਕੇ ਆਇਆ, ਕਿਉਂਕਿ ਮੇਰੀ ਨੈਕਸਟ ਅੱਗੇ ਮੈਰਾਥਨ ਆਉਣੀ ਸੀ। ਮੇਰੀ ਟ੍ਰੇਨਿੰਗ ਵੀ ਹੋ ਗਈ ਅਤੇ ਮੈਂ ਮੱਥਾ ਵੀ ਟੇਕ ਆਇਆ ਅਤੇ ਦਰਸ਼ਨ ਵੀ ਕਰਿਆ ਗੁਰੂ ਸਾਹਿਬ ਦੇ। ਜੀ ਸਰ, ਇੰਨਾ ਲੰਬਾ ਸਫ਼ਰ ਜਦੋਂ ਤੁਸੀਂ ਤੈਅ ਕਰਦੇ ਹੈਗੇ ਹੋ ਤਾਂ ਸਰੀਰ ਥਕਾਵਟ ਨਹੀਂ ਮਹਿਸੂਸ ਕਰਦਾ ਤੁਹਾਡਾ? ਵਾਹਿਗੁਰੂ ਦਾ ਨਾਮ ਜਪੀ ਜਾਈਦਾ, ਚੱਲੀ ਜਾਈਦਾ, ਚੱਲੀ ਜਾਈਦਾ, ਖਿਆਲ ਹੀ ਨਹੀਂ ਹੁੰਦਾ ਮਤਲਬ ਸਰੀਰ ਵੱਲ, ਮਤਲਬ ਸਿਰਫ ਮਾਇੰਡ ਦਾ ਵੱਲ ਹੁੰਦਾ ਵੀ ਕਿ ਮਾਇੰਡ ਨੂੰ ਸਟਰੋਂਗ ਕਰਨਾ, ਧਿਆਨ ਹੁੰਦਾ। ਬਾਬਾ ਦੀਪ ਸਿੰਘ ਦਾ ਨਾਮ ਧਿਆ ਲਿਆ, ਕਦੇ ਕਿਤੇ ਹੋਰ ਗੁਰੂ ਸਾਹਿਬਾਨ ਦਾ ਨਾਮ ਧਿਆ ਲਿਆ, ਬਸ ਉਹ ਨਿਜੋਸ਼ ਦੇ ਨਾਲ ਚੱਲੀ। ਸਰ, ਬਹੁਤ ਸਾਰੀਆਂ ਜ਼ਿੰਦਗੀ ਦੇ ਵਿੱਚ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਜੋ ਸਾਨੂੰ ਤਾਂ ਉਮਰ ਤੱਕ ਜਿਹੜੀਆਂ ਨੇ ਯਾਦ ਰਹਿੰਦੀਆਂ ਹੈਗੀਆਂ ਨੇ, ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕੋਈ ਅਜਿਹੀ ਘਟਨਾ ਸੀ ਜਿਹੜੀ ਤੁਹਾਨੂੰ ਮੋਟੀਵੇਟ ਕਰਦੀ ਹੈ? ਹਾਂ, ਮੋਟੀਵੇਸ਼ਨ ਮੈਂ ਕਹਿ ਸਕਦਾ, ਮੈਂ ਜਦੋਂ ਬਚਪਨ ਦੇ ਵਿੱਚ ਮੈਨੂੰ ਅਕਸਰ ਮੈਨੂੰ ਉਹ ਯਾਦ ਦਿੰਦੇ, ਮੈਂ ਰਨਡੇਟ ਵੀ ਕਰਦਾ ਹੁੰਦਾ, ਜਦੋਂ ਮੈਂ 6-7 ਸਾਲਾਂ ਦਾ ਸੀਗਾ, ਪਹਿਲੀ ਜਮਾਤ 'ਚ ਹੀ ਪੜ੍ਹਦਾ ਸੀਗਾ, ਤਾਂ ਮੈਨੂੰ ਟਾਈਫਾਇਡ ਹੋਇਆ ਸੀਗਾ, ਮੈਂ 1.5-2 ਮਹੀਨੇ ਬੈੱਡ ਰਿਟਨ ਹੋ ਗਿਆ ਸੀ, ਕੋਈ ਹੋਪ ਨਹੀਂ ਸੀਗੀ ਮੇਰੇ ਬਚਣ ਦੀ, ਅਤੇ ਉਸ ਤੋਂ ਬਾਅਦ ਵਾਹਿਗੁਰੂ ਦੀ ਕਿਰਪਾ ਦੇ ਨਾਲ ਰਿਕਵਰ ਹੋ ਗਿਆ। ਰਿਕਵਰ ਤੋਂ ਬਾਅਦ ਜਦੋਂ ਮੈਂ 15 ਮਹੀਨੇ ਕੁ ਬਾਅਦ ਮਤਲਬ ਸਕੂਲ ਗਿਆ, ਤਾਂ ਮਾਸਟਰ ਨੇ ਇੱਕ ਉਹ ਸਾਨੂੰ ਖੇਡਣ ਲਾ ਦਿੱਤਾ, ਕੋਟਲਾ ਛਪਾਕੀ ਕਹਿੰਦੇ ਨੇ, ਪਿੱਛੇ ਛਪਾ ਦੇਣਾ ਤੁਹਾਡੇ, ਉਹ ਕਿਸੇ ਬੱਚੇ ਨੇ ਮੇਰੇ ਪਿੱਛੇ ਰੱਖਤਾ, ਮੈਨੂੰ ਪਤਾ ਨਾ ਲੱਗਿਆ, ਅਤੇ ਉਹਨੇ ਜਿਉਂ ਮਤਲਬ ਮੈਂ ਜਦੋਂ ਆਈ ਮੇਰੀ ਵਾਰੀ ਭੱਜਣ ਦੀ, ਤਾਂ ਮੈਂ ਤੋਂ ਭੱਜ ਨਹੀਂ ਸੀ ਹੁੰਦਾ, ਅਤੇ ਸਾਰੇ ਬੱਚੇ ਮਤਲਬ ਆਖਣ ਓਏ ਓਲਡ ਮੈਨ, ਓਲਡ ਮੈਨ, ਓਲਡ ਮੈਨ। ਸੋ ਉਸ ਤੋਂ ਬਾਅਦ ਹੁਣ ਮੈਨੂੰ ਉਹ ਜਦੋਂ ਇੰਸੀਡੈਂਟ ਯਾਦ ਆਉਂਦਾ ਅਤੇ ਮੈਂ ਓਲਡ ਮੈਨ ਨੂੰ ਗੋਲਡ ਮੈਨ ਬਣਾਇਆ ਉਸਨੂੰ। ਸੋ ਇੱਦਾਂ ਮਤਲਬ ਮੈਨੂੰ ਕਾਫੀ ਮੋਟੀਵੇਟ ਕਰਦੀ ਹੈ ਜਦੋਂ। ਬਾਕੀ ਕਹਿੰਦੇ ਆ ਕਿ ਇਨਸਾਨ ਦੇ ਲਈ ਕੋਈ ਅਜਿਹੀ ਘਟਨਾ ਜਿਹੜੀ ਉਸ ਲਈ ਪ੍ਰੇਰਨਾ ਸਰੋਤ ਬਣ ਸਕਦੀ ਹੈਗੀ, ਕਈ ਵਾਰੀ ਇਨਸਾਨ ਜਿਹੜੇ ਆ ਇਸ ਚੀਜ਼ ਨੂੰ ਜਿਹੜਾ ਨੈਗੇਟਿਵਿਟੀ ਦੇ ਵਿੱਚ ਲੈ ਜਾਂਦੇ ਆ, ਤੁਸੀਂ ਉਸਨੂੰ ਪੋਜ਼ਿਟਿਵਿਟੀ ਦੇ ਵਿੱਚ ਲੈ ਕੇ ਗਏ ਅਤੇ ਅੱਜ ਤੁਸੀਂ ਜਿਹੜਾ ਗੋਲਡਨ ਬੋਆਏ ਦੇ ਨਾਲ ਨਾਲ, ਗੋਲਡਨ ਸਿੱਖ ਦੇ ਨਾਲ ਨਾਲ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਹੋ ਰਹੇ ਹੋ। ਸਰ, ਜਦੋਂ ਤੁਸੀਂ ਦੌੜਦੇ ਹੋ ਮੈਦਾਨ ਦੇ ਵਿੱਚ, ਆਪਣੀ ਪਰਫਾਰਮੈਂਸ ਦਿੰਦੇ ਹੈਗੇ ਹੋ, ਤਾਂ ਲੋਕਾਂ ਦਾ ਵਿਵਹਾਰ ਹੈਗਾ ਆ ਉਹ ਕਿਹੋ ਜਿਹਾ ਹੁੰਦਾ ਆ? ਬਹੁਤ ਅੱਛਾ ਬੇਟੇ, ਬਹੁਤ ਹੀ ਐਪਰੀਸ਼ੀਏਟ ਕਰਦੇ ਨੇ, ਮੈਂ ਕੈਨੇਡਾ ਅਮਰੀਕਾ 'ਚ ਤਾਂ ਖਾਸ ਤੌਰ 'ਤੇ ਕਰਦੇ ਨੇ, ਉੱਥੇ ਸਾਡੇ ਜਿਹੜੇ ਹੈਗੇ ਇੰਡੀਆ ਦੇ ਵਿੱਚ ਇੰਨਾ ਐਪਰੀਸ਼ੀਏਟ ਨਹੀਂ ਕਰਦੇ
ਜਿਵੇਂ ਆਪਾਂ ਜਾਂਦੇ ਹਾਂ ਕਿਤੇ ਜਿੰਨਾ ਹੋ ਉੱਥੇ ਮਤਲਬ ਇਨਵੇਰੀਏਬਲੀ ਮਤਲਬ ਸਾਰੇ ਜਦੋਂ ਤੁਸੀਂ ਆਪਾਂ ਫਿਨਿਸ਼ ਕਰਦੇ ਹਾਂ ਤਾਂ ਮਤਲਬ ਕੀਤਾ ਜਾਂਦਾ ਹਾਂ ਬੰਬੇ ਵੀ ਸਾਡੀ ਬਹੁਤ ਅੱਛੀ ਉਹ ਦੌੜ ਹੁੰਦੀ ਹੈ ਦਿੱਲੀ ਵੀ ਕਾਫੀ ਦੇਖਣ ਵਾਲੇ ਹੁੰਦੇ ਨੇ ਸੋ ਹੁਣ ਅੱਛਾ ਟ੍ਰੈਂਡ ਚੱਲ ਰਿਹਾ ਖੈਰ ਖਾਸ ਤੌਰ 'ਤੇ ਮੈਨੂੰ ਬਹੁਤ ਹੈ ਕਿਉਂਕਿ ਜਿੰਨੀਆਂ ਵੀ ਦੌੜਾਂ ਹੁੰਦੀਆਂ ਨੇ ਮੈਨੂੰ ਇੱਥੇ ਮਤਲਬ ਚੰਡੀਗੜ੍ਹ 'ਤੇ ਖਾਸ ਤੌਰ 'ਤੇ ਹੋਰ ਵੀ ਜਿਵੇਂ ਜਲੰਧਰ ਜਾਂ ਹੋਈਆਂ ਜਾਂ ਅੰਮ੍ਰਿਤਸਰ ਹੋਈ ਤਾਂ ਮੈਨੂੰ ਉਹ ਮਤਲਬ ਐਜ ਏ ਗੈਸਟ ਆਫ ਆਨਰ ਵੀ ਬੁਲਾ ਲੈਂਦੇ ਨੇ ਔਰ ਮੇਰੀ ਪਹਿਲੀ ਸ਼ਰਤ ਹੁੰਦੀ ਹੈ ਕਿ ਮੈਂ ਦੌੜਾਂਗਾ ਜ਼ਰੂਰ ਗੈਸਟ ਆਫ ਆਨਰ ਬੁਲਾਓ ਅਤੇ ਪਿੱਛੋਂ ਫਿਰ ਫਲੈਗ ਆਫ ਵੀ ਕਰਾਉਣੀ ਹੈ ਅਤੇ ਉਸ ਤੋਂ ਬਾਅਦ ਫਿਰ ਪ੍ਰਾਈਜ਼ ਡਿਸਟ੍ਰੀਬਿਊਸ਼ਨ ਵੀ ਕਰਾਉਣੀ ਹੈ ਅਤੇ ਅੱਛਾ ਲੱਗਦਾ ਬਹੁਤ ਬੱਚਿਆਂ ਨਾਲ ਮਤਲਬ ਜੀ ਲੱਗਦਾ ਅੱਛਾ ਸਰ ਇੱਕ ਸਵਾਲ ਹੋਰ ਮੈਂ ਪੁੱਛਣਾ ਚਾਹਾਂਗੀ ਜਿਵੇਂ ਤੁਸੀਂ ਦੱਸਿਆ ਹੈਗਾ ਆ ਕਿ ਤੁਸੀਂ 64 ਕਿਲੋਮੀਟਰ ਤੱਕ ਦਾ ਪੈਂਡਾ ਜਿਹੜਾ ਇੱਕ ਦਿਨ ਦੇ ਵਿੱਚ ਤੈਅ ਕਰ ਲਿਆ ਹੈਗਾ ਆ ਜਿਵੇਂ ਤੁਸੀਂ ਕਿਤੇ ਆਉਂਦੇ ਜਾਂਦੇ ਹੈਗੇ ਹੋ ਤੁਸੀਂ ਉਹ ਵੀ ਸਫ਼ਰ ਪੈਦਲ ਹੀ ਤੈਅ ਕਰਦੇ ਹੋ ਜਾਂ ਕਿਸੇ ਵਾਹਨ ਦੀ ਵਰਤੋਂ ਕਰਦੇ ਹੋ ਮੇਰੇ ਪਾਸ ਕੋਈ ਸਾਈਕਲ ਸਕੂਟਰ ਕਾਰ ਨਹੀਂ ਹੈ ਮੈਂ ਅਕਸਰ ਕਹਿੰਦਾ ਹੁੰਦਾ ਵੀ ਜਾਂ ਤਾਂ ਪੈਦਲ ਤੁਰੋ ਜਾਂ ਜਹਾਜ਼ 'ਤੇ ਚੱਲੋ ਵਿਚਾਲੇ ਕੀ ਹੈ ਕੀ ਛੋਟ ਮਤਲਬ ਐਵੇਂ ਤੁਸੀਂ ਸੜਕਾਂ 'ਤੇ ਭੀੜ ਕਰ ਰਹੇ ਹੋ ਸੋ ਮੈਂ ਇਹੀ ਹੈ ਵੀ ਜਦੋਂ ਕੈਨੇਡਾ ਅਮਰੀਕਾ ਜਾਂਦਾ ਜਹਾਜ਼ 'ਤੇ ਉਹਨਾਂ ਇੱਥੇ ਮਤਲਬ ਉਹਨਾਂ ਪੈਦਲ ਹੁੰਦਾ ਮਤਲਬ ਕਿਧਰੇ ਵੀ ਮੈਂ ਜਾਣਾ ਦਿਨ 'ਚ ਮੈਂ ਤਿੰਨ ਤਿੰਨ ਚਾਰ ਚਾਰ ਵਾਰੀ ਮੈਨੂੰ ਘਰੋਂ ਨਿਕਲਣਾ ਪੈਂਦਾ ਸਵੇਰੇ ਵਾਕ ਕਰਨ ਜਾਣਾ ਸ਼ਾਮ ਨੂੰ ਫਿਰ ਵਾਕ ਕਰਨ ਜਾਣਾ ਕੋਈ ਸਬਜ਼ੀ ਲੈਣ ਜਾ ਰਿਹਾ ਕਿਤੇ ਹੋਰ ਲੈਣ ਜਾ ਰਿਹਾ ਸੋ ਇਸ ਤਰ੍ਹਾਂ ਕਰਕੇ ਮੇਰੀ ਵਾਕ ਇਹ ਵਾਕ ਹੈ ਸੋ ਸਰ ਪਰਿਵਾਰ ਦਾ ਜਿਹੜਾ ਹੈਗਾ ਆ ਕਿਹੋ ਜਿਹਾ ਵਿਵਹਾਰ ਰਹਿੰਦਾ ਹੈਗਾ ਆ ਜਦੋਂ ਤੁਸੀਂ ਪਹਿਲੀ ਵਾਰੀ ਆਪਣੇ ਪਰਿਵਾਰ ਨੂੰ ਦੱਸਿਆ ਕਿ ਤੁਸੀਂ ਜਿਹੜੇ ਮੈਰਾਥਨ ਨੂੰ ਦੌੜਨਾ ਹੈਗਾ ਆ ਤਾਂ ਪਰਿਵਾਰ ਨੇ ਕਿਹੋ ਜਿਹਾ ਰਿਸਪੌਂਸ ਦਿੱਤਾ ਸੀ ਪਰਿਵਾਰ ਨੇ ਜਦੋਂ ਮੈਂ ਪਹਿਲੀ ਵਾਰੀ ਦੱਸਿਆ ਤਾਂ ਬੇਟੇ ਨੂੰ ਇਹ ਸੀਗਾ ਵੀ ਪਾਪਾ ਤੋਂ ਸ਼ਾਇਦ 21 ਕਿਲੋਮੀਟਰ ਨਾ ਹੋਣ ਉਦੋਂ ਮੇਰੀ 70 ਸਾਲ ਦੀ ਉਮਰ ਸੀਗੀ ਸੋ ਕਹਿ ਰਿਹਾ ਸੀਗਾ ਸਟ੍ਰੈਸ ਕਰ ਰਿਹਾ ਸੀਗਾ ਪਾਪਾ 21 ਕਿਲੋਮੀਟਰ ਬਹੁਤ ਜ਼ਿਆਦਾ ਹੁੰਦੇ ਤੁਸੀਂ 10 ਕਿਲੋਮੀਟਰ ਕਰ ਲਓ ਮੈਂ ਕਿਹਾ ਨਹੀਂ ਮੇਰੀ 21 ਕਿਲੋਮੀਟਰ ਦੀ ਤਿਆਰੀ ਹੈ ਮੈਂ 21 ਹੀ ਕਰਨੀ ਹੈ ਕਿਉਂਕਿ ਹੁਣ ਮੈਂ ਮਹਿਸੂਸ ਕਰਦਾ ਕਿ ਜਦੋਂ 10 ਕਿਲੋਮੀਟਰ ਮੇਰੇ ਲਈ ਦੌੜਨਾ ਔਖਾ ਹੈ 21 ਕਿਲੋਮੀਟਰ ਸੌਖਾ ਹੈ ਉਸ ਤੋਂ ਵੀ ਸੌਖਾ 42 ਕਿਲੋਮੀਟਰ ਹੈ ਕਿਉਂਕਿ 10 ਕਿਲੋਮੀਟਰ ਦਾ ਮੇਰਾ ਕੰਪੀਟੀ ਉਹ ਹੁੰਦਾ ਜ਼ਿਆਦਾ ਸਪੀਡ ਬਣਾਉਣੀ ਪਏਗੀ ਜ਼ਿਆਦਾ ਉਹ ਕਰਨੀ ਪਏਗੀ 21 ਨਾਲ ਟਿਕਵੀਂ ਹੁੰਦੀ ਹੈ ਮੈਰਾਥਨ ਜਦੋਂ ਫੁੱਲ ਮੈਰਾਥਨ ਦੌੜਨੀ ਹੈ ਦੌੜੀ ਚੱਲੋ ਬਸ ਆਰਾਮ ਨਾਲ ਤੁਸੀਂ ਚੱਲੀ ਚੱਲੋ ਤਾਂ ਸਟੈਮਿਨਾ ਹੈ ਨੋ ਪ੍ਰੋਬਲਮ ਜੀ ਸਰ ਰਿਟਾਇਰਮੈਂਟ ਤੋਂ ਬਾਅਦ ਲੋਕ ਅਕਸਰ ਸੋਚਦੇ ਹੈਗੇ ਆ ਕਿ ਹੁਣ ਚੱਲੋ ਅਸੀਂ ਫ੍ਰੀ ਹੋ ਗਏ ਹਾਂ ਹੁਣ ਜਿਹੜਾ ਹੈਗਾ ਆ ਅਸੀਂ ਕੁਝ ਨਹੀਂ ਕਰਨਾ ਹੈਗਾ ਹੁਣ ਜਿਹੜਾ ਪਰਿਵਾਰ ਆ ਆਪੇ ਸਭ ਕੁਝ ਦੇਖੇ ਹੈ ਨਾ ਅਤੇ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਜਿਹੜਾ ਇਸ ਸਫ਼ਰ ਦੀ ਸ਼ੁਰੂਆਤ ਕੀਤੀ ਅਤੇ ਇਸ ਸਫ਼ਰ ਦੇ ਵਿੱਚ ਬਹੁਤ ਸਾਰੇ ਉਤਾਰ ਚੜ੍ਹਾਅ ਵੀ ਰਹੇ ਹੋਣਗੇ ਕਿਸੇ ਅਜਿਹੇ ਪਲ ਦੀ ਸਾਂਝ ਸਾਡੇ ਦਰਸ਼ਕਾਂ ਨੂੰ ਪਾਓ ਜੋ ਅੱਜ ਵੀ ਤੁਹਾਨੂੰ ਭਾਵੁਕ ਕਰ ਦਿੰਦਾ ਆ ਹਾਂ ਨਹੀਂ ਬਹੁਤ ਹੈ ਰਿਟਾਇਰਮੈਂਟ ਤੋਂ ਬਾਅਦ ਮੇਰੀ ਵਾਈਫ ਬਾਹਰ ਗਏ ਹੋਏ ਸੀ ਅਮਰੀਕਾ ਕੈਨੇਡਾ ਬੱਚਿਆਂ ਕੋਲ ਸੀਗੇ ਕਿਉਂਕਿ ਮੇਰੇ ਪੋਤੇ ਅਤੇ ਮੇਰੀਆਂ ਦੋਹਤੀਆਂ ਨੂੰ ਉਹਨਾਂ ਨੂੰ ਸੰਭਾਲਣਾ ਸੀਗਾ ਮੈਂ ਇੱਥੇ ਪਿੱਛੋਂ 10-12-15 ਸਾਲ ਇਕੱਲੇ ਹੀ ਰਿਹਾ ਉਸ ਇਕੱਲੇ ਪੀਰੀਅਡ ਦੇ ਵਿੱਚ ਮੈਂ ਰਨਿੰਗ ਮੇਰਾ ਸ਼ੌਕ ਸੀ ਬਾਕੀ ਮੈਂ ਸਾਰਾ ਕੰਮ ਕਰਦਾ ਆਪ ਕਰਦਾ ਸੀ ਆਪਦੀ ਰੋਟੀ ਆਪਦਾ ਖਾਣਾ ਆਪ ਬਣਾਉਣਾ ਹੈ ਆਪਦੇ ਕੱਪੜੇ ਧੋਣਾ ਹੈ ਹਾਲੇ ਵੀ ਮੈਂ ਕਦੇ ਵਾਈਫ ਤੋਂ ਕਦੇ ਵੀ ਜਾਂ ਮਸ਼ੀਨ 'ਚ ਮੈਂ ਕਦੇ ਕੱਪੜਾ ਨਹੀਂ ਧੋਤਾ ਆਪਣੇ ਕੱਪੜੇ ਰੋਜ਼ ਦੇ ਰੋਜ਼ ਮੈਂ ਆਪ ਧੋਣੇ ਨੇ ਆਪਣਾ ਵੱਧ ਤੋਂ ਵੱਧ ਕੰਮ ਮੈਂ ਪਰਸਨਲ ਜਿਹੜਾ ਹੈ ਸਾਰਾ ਆਪਣੇ ਆਪ ਕਰਨਾ ਮੈਂ ਡਿਪੈਂਡੈਂਟ ਹੋ ਕੇ ਨਹੀਂ ਰਹਿ ਸਕਦਾ ਕਿਸੇ 'ਤੇ ਮੇਰੀ ਇਹ ਮਤਲਬ ਹੈ ਸਰ ਬਹੁਤ ਸਾਰੇ ਇਨਸਾਨ ਜਿਹੜੇ ਤੁਹਾਡੀ ਉਮਰ ਦੇ ਵਿੱਚ ਜਾ ਕੇ ਕਹਿੰਦੇ ਹੈਗੇ ਆ ਕਿ ਸਾਡੇ ਗੋਡੇ ਜਿਹੜੇ ਆ ਉਹ ਦੁਖਣ ਲੱਗ ਗਏ ਹੈਗੇ ਸਾਨੂੰ ਫਲਾਣੀ ਬਿਮਾਰੀ ਹੋ ਗਈ ਸਾਡੇ ਕੋਲ ਕੁਝ ਹੁੰਦਾ ਨਹੀਂ ਹੈਗਾ ਇਸ ਵਕਤ ਤੁਹਾਨੂੰ ਬਹੁਤ ਸਾਰੇ ਬਜ਼ੁਰਗ ਦੇਖ ਰਹੇ ਹੋਣਗੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਹਾਂ ਬਿਲਕੁਲ ਮਤਲਬ ਹੈ ਸਾਨੂੰ ਬਜ਼ੁਰਗੀ ਪਹਿਲੀ ਗੱਲ ਤਾਂ ਆਪਦੇ ਆਪ ਨੂੰ ਕਦੇ ਬਜ਼ੁਰਗ ਕਹੋ ਨਾ ਆਪਣੇ ਆਪ ਨੂੰ ਕਹੋ ਕਿ ਆਈ ਐਮ ਏ ਯੰਗ ਮੈਂ ਜਦੋਂ ਸਵੇਰੇ ਉੱਠਦਾ ਤਾਂ ਪਹਿਲੀ ਚੱਲ ਵੀ ਨੌਜਵਾਨ ਮਤਲਬ ਮੇਰੀ ਪਹਿਲਾ ਵਰਡ ਆਪਣੇ ਆਪ ਨੂੰ ਜਿਹੜਾ ਹੁੰਦਾ ਉਹ ਕਹਿੰਦਾ ਚੱਲ ਵੀ ਨੌਜਵਾਨ 4 ਵੱਜ ਗਏ 3 ਵੱਜ ਗਏ ਅਤੇ ਮੈਂ ਚਲੋ ਚਲੀਏ ਸੋ ਮੈਂ ਫਟਾਫਟ ਤਿਆਰ ਹੁੰਦਾ ਗੁਰੂ ਸਾਹਿਬ ਦਾ ਨਾਂ ਧਿਆਉਣਾ ਅਤੇ ਉਸ ਤੋਂ ਬਾਅਦ ਆਪਣਾ ਚਾਹ ਦਾ ਕੱਪ ਬਣਾਉਣਾ ਅਤੇ ਵਾਕ ਨੂੰ ਨਿਕਲ ਜਾਂਦਾ ਸੋ ਇਸੇ ਤਰ੍ਹਾਂ ਇੱਕ ਆਪਦੇ ਆਪ ਨੂੰ ਫਿੱਟ ਰੱਖਣਾ ਤਾਂ ਮਤਲਬ ਡਿਪੈਂਡੈਂਟ ਹੋ ਕੇ ਨਾ ਰਹੋ ਇਹ ਨਾ ਸੋਚੋ ਕਿ ਹੁਣ ਮੇਰੇ ਬੱਚੇ ਨੇ ਪੋਤੇ ਨੇ ਮੈਂ ਉਹ ਮੇਰੀ ਸੇਵਾ ਕਰਨ ਉਹ ਜਿੰਨਾ ਚਿਰ ਤੁਹਾਡੀ ਆਪਦੀ ਹਿੰਮਤ ਹੈ ਉਹ ਤਾਂ ਉਹਨੂੰ ਯੂਜ਼ ਕਰੋ ਨਾ ਕਿ ਡਿਪੈਂਡ ਹੋ ਕੇ ਰਹੋ ਜੀ ਸਰ ਜਦੋਂ ਤੁਸੀਂ ਮੈਰਾਥਨ ਦੇ ਵਿੱਚ ਦੌੜਦੇ ਹੈਗੇ ਹੋ ਤਾਂ ਤੁਹਾਡੇ ਨਾਲ ਨੌਜਵਾਨ ਵੀ ਦੌੜਦੇ ਹੋਣਗੇ ਅਤੇ ਤੁਸੀਂ ਬਹੁਤ ਸਾਰੇ ਨੌਜਵਾਨਾਂ ਦੇ ਲਈ ਪ੍ਰੇਰਨਾ ਸਰੋਤ ਹੈਗੇ ਹੋ ਉਸ ਵਕਤ ਨੌਜਵਾਨ ਤੁਹਾਨੂੰ ਕੀ ਕੁਝ ਕਹਿੰਦੇ ਹੈਗੇ ਆ ਬਹੁਤ ਮਤਲਬ ਬਹੁਤ ਅੱਛਾ ਲੱਗਦਾ ਮਤਲਬ ਮੈਨੂੰ ਕ੍ਰੋਸ ਕਰਦੇ ਨੇ ਜਾਂ ਮਤਲਬ ਮੈਂ ਕ੍ਰੋਸ ਕਰਦਾ ਉਹ ਅਮਰ ਅੰਕਲ ਮਤਲਬ ਇਹ ਹੁੰਦੀ ਹੈ ਔਰ ਮੈਨੂੰ ਉਹਦੇ ਨਾਲ ਹੋਰ ਜੋਸ਼ ਮਿਲਦਾ ਹੋਰ ਮਤਲਬ ਇੱਕ ਐਨਰਜੀ ਮਿਲਦੀ ਹੈ ਸੋ ਅੱਛਾ ਲੱਗਦਾ ਮਤਲਬ ਉਹਨਾਂ ਨਾਲ ਦੌੜਨਾ ਅਤੇ ਮਤਲਬ ਮੈਨੂੰ ਮਹਿਸੂਸ ਹੁੰਦਾ ਜੇ ਮੈਂ 25 ਸਾਲ ਦੇ ਮੁੰਡੇ ਨੂੰ ਕ੍ਰੋਸ ਕਰਨੇ ਆ ਤਾਂ ਮਤਲਬ ਆਈ ਐਮ 25 ਈਅਰ ਯੰਗ ਸੋ ਜੇ ਜਿੰਨੀ ਕੁ ਉਸ ਨੂੰ ਕ੍ਰੋਸ ਕਰਦਾ ਮੈਂ ਸਮਝਦਾ ਵੀ ਮੈਂ ਇਹਦੇ ਬਰਾਬਰ ਜਾ ਰਿਹਾ ਅਤੇ ਮੇਰੀ ਵੀ ਉਹੀ ਹੈ ਬਾਕੀ ਠੀਕ ਹੈ ਸੋ ਇਸ ਤਰ੍ਹਾਂ ਸਰ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਹੈਗੇ ਤੁਸੀਂ ਦੱਸਿਆ ਕਿ ਮੈਂ 4-4-5-5 ਘੰਟੇ ਲਗਾਤਾਰ ਜਿਹੜਾ ਹੈ ਅਭਿਆਸ ਕਰਦਾ ਹੈਗਾ ਆ ਅਤੇ ਕਈ ਵਾਰੀ ਮਨ ਦੇ ਵਿੱਚ ਇਹ ਨਹੀਂ ਆਉਂਦਾ ਹੈਗਾ ਕਿ ਹੁਣ ਮੈਂ ਕਾਫੀ ਉਮਰ ਦੇ ਜਿਹੜਾ ਹੋ ਚੁੱਕਾ ਹੈਗਾ ਆ ਮੈਂ ਥੋੜ੍ਹੀ ਆਪਣੀ ਪ੍ਰੈਕਟਿਸ ਨੂੰ ਘਟਾ ਲਵਾਂ ਅਤੇ ਮੈਂ ਜਿਹੜਾ ਹੈਗਾ ਆ ਕੋਈ ਹੋਰ ਚੀਜ਼ ਹੋਰ ਪੈਸ਼ਨ ਨੂੰ ਫੋਲੋ ਕਰਨਾ ਸਟਾਰਟ ਕਰਦਾ ਹੋਰ ਮੇਰਾ ਪੈਸ਼ਨ ਹੈ ਮੇਰੇ ਮੈਂ ਆਈ ਰਾਈਟ ਪੋਇਮਸ ਮੈਂ ਕਾਫੀ ਮੇਰੇ 8-10 ਬੁੱਕਸ ਮੇਰੀਆਂ ਪੰਜਾਬੀ 'ਚ ਇੰਗਲਿਸ਼ 'ਚ ਉਰ
उर्दू भी मैं बाद च सीखा रिटायरमेंट तो बाद मैं पोएम्स वगैरह लिखण दा मेरा शौक है ते बाकी मतलब सेहत नूं मेंटेन रखना खुश रहो चढ़दी कला च रहो जी। सर हुण तक तुसीं किहड़े किहड़े देशां दे विच जिहड़ा है दौड़ां दे विच हिस्सा लै चुके हैगे हो ते किहड़े किहड़े जगह दे उत्ते तुहानूं जिहड़ा है मान सम्मान मिल चुका है। मैं हुण तक कनेडा अमरीका ते इंडिया च तां दौड़ रही हाँ, दो कनेडा ते अमरीका खास तौर पर अमरीका च मैं 5 या 6 दौड़ियां ने हाफ मैराथन एंड कनेडा दे विच मेरी 35-40 ईवेंट्स हो चुकियां ने। सो उत्थे भी कनेडा दा क्योंकि उत्थे एज ग्रुप सही बनाउंदे ने जे मैं 60-70 दा सीगा तां 70 प्लस हुंदे सी, हुण 75 प्लस हुंदा है उत्थे एज ग्रुप। इत्थे कई वारी ग्रुप साडा ओह कर दिंदे ने एलीमीनेट कर दिंदे ने, जिवें इस वारी बॉम्बे वालिया ने 75 प्लस एज ग्रुप बनाया ही नहीं, मैनू कंपीट करना पिया 70 वालिया नाल ते जिहदे नाल भावें मैं 75 प्लस चो फस्ट सी पर मेरा गोल्ड मैडल रह गया, जिस करके मैनू बहुत उन्हां दा अफसोस होया। उन्हां नूं मैं बड़ी राइटिंग लिखिया पिछों आपदा ऑब्जेक्शन किया भी है और लोगों ने मेरा साथ दिता है उसदे विच कि अगले साल उन्होंने इंश्योर किया कि असी 75 एज ग्रुप दुबारे फिर बनावांगे। अगले साल तो मैं 80 प्लस भी चाहांगा कि 80 प्लस बनाओ क्योंकि मैं 80 प्लस भी क्रॉस कर जा। सर जिवें तुसीं दस्सिया गया कि कई बार ये मुश्किलों का तुहानूं सामना करना पैंदा है ते जो तुसी ना दौड़ां दे विच जांदे हैगे होर भी तुहानूं कोई मुश्किल आउंदियां हैगियां है जी? नहीं होर कोई मुश्किल नहीं क्योंकि अक्सर मेरी रजिस्ट्रेशन अजकल मतलब बिल्कुल कंप्लीमेंट्री कर देंगे ने और मैंने पहला इनवाइट कर देने। नॉर्मली मेरा जड़ा है होटल भी बुक करा देते ने कहा जहाँ जिमें बॉम्बे वगैरह जाना जो होटल वगैरह नहीं बुक कराया तो चंडीगढ़ के मुंडे 15-20 असं इकट्ठे जाने मैनू नाल लैके जाते हैं और मान आदर बख्शते हैं बहुत प्यार सत्कार हों तो अच्छा लगता है मतलब मुंडे फिरना तुरना उत्थे समुद्र के किनारे। सर हुण तक तुसीं किन्ने मुकाबलों दे विच हिस्सा लै चुके ते किन्नियां दे विचों तुसीं मैडल प्राप्त कीते आ? मैं 128 ईवेंट्स दे विच पार्टिसिपेट कर चुकिया, फुल मैराथन, हाफ मैराथन, अल्ट्रा मैराथन। 128 विचों मेरे कोल 107 गोल्ड मैडल ने, 107 गोल्ड मैडल मेरे घर पूरे सजाए हुए ने, पूरे वो किए हुए ने, ट्रॉफीज़ ने बहुत 70-80 ट्रॉफीज़ ने। ओवरऑल क्योंकि सानू फिनिशर मैडल भी मिलता है फिर गोल्ड मैडल भी मिल जाता है इसलिए मेरे को 200 मैडल ने प्लस 70-80 ट्रॉफीज ने हो सर्टिफिकेट कन्ना ते लाए हुए ने। सो जदों इन्हां सारियां चीज़ां नूं वेखदे हैगे हो तां किहो जिहा महसूस करदे हैगे हो? आई फील प्राउड, मतलब जदों कोई आउंदा है तां हर अप्रीशिएट करदा है, जदों भी कोई रिलेटिव आउंदा है कोई मुंडे अक्सर साडे रनर जिहड़े है चंडीगढ़ जां होरों बाहरों भी जदों आ के अमरां कोल मिल के आईए तां अच्छा लगदा जी। सर अखीर दे विच साडे दर्शकां नूं की कहना चाहोगे? बस ये दर्शकों मेरी अपील यही है भी अपनी अजकल जिवें सेहत पक्खों डाउन जा रहे हैं नशियां दा वो हैगा दौर हैगा जां मोबाइल दे उत्ते सारा दिन बैठे रहना इन्हें चीज़ों थोड़ा अवॉयड करना है, अवॉयड की नशे तो बिल्कुल ही अवॉयड करने ने एंड मोबाइल का जिहड़ा हैगा वो चस्का भी घट करना है, मतलब सेहत वाल जरूर ध्यान देना चाहिए सानू, मतलब जे सेहत है तो ही तुहाडा संसार है नहीं तो बिना उस तो सेहत तो की तुसी इंजॉय करोगे लाइफ जी। सर तुसी अपना कीमती समा दिता तुहाडा बहुत बहुत धन्यवाद जी। थैंक यू बेटे, थैंक यू, गॉड ब्लेस। दर्शकों वाकई कहिंदे कि इंसान का जिहड़ा हौसला ते जज्बा है वह जवान होना चाहिए, उम्र कोई मायने नहीं रखती। जिवें सर होरां ने दस्सिया हैगा कि उन्होंने अपनी जिंदगी दे विच रिटायरमेंट तो बाद जिहड़ा इस सफर की शुरुआत की ते अज वह बहुत सारे नौजवानों ते बजुर्गों के लिए प्रेरणा स्रोत बन रहा है। अजिहियां होर स्टोरीज तुहाडे नाल सांझियां करदे रहांगे, उदों तक जुड़े रहो पंजाब टू प्रदेश चैनल दे नाल। हुण मैनूं दमनप्रीत नूं दिओ आ गया, धन्यवाद।